ਗੱਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਟੁੱਟਿਆ ਦੁੱਖਾਂ ਦਾ ਪਹਾੜ ਇਕੱਠੇ ਸੱਤ ਬੱਚਿਆਂ ਨੂੰ ਪਾਕਿਸਤਾਨ ਚੋਂ ਜਨਮ ਦੇਣ ਵਾਲੀ ਮਾਂ ਤੇ ਤਾਜ਼ਾ ਵੱਡੀ ਖਬਰ ਆ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਪਾਕਿਸਤਾਨ ਦੇ ਵਿੱਚ ਸੱਤ ਬੱਚਿਆਂ ਨੂੰ ਜਨਮ ਦੇਣ ਵਾਲੀ ਮਾਂ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਬੀਤੇ ਦਿਨੀ ਪਾਕਿਸਤਾਨ ਦੇ ਵਿੱਚ ਇੱਕ ਔਰਤ ਦੇ ਵੱਲੋਂ ਹਸਪਤਾਲ ਵਿੱਚ 7 ਬੱਚਿਆਂ ਨੂੰ ਜਨਮ ਦਿੱਤਾ ਗਿਆ ਸੀ ਦਿੱਤਾ ਗਿਆ ਸੀ ਜਿੱਥੇ ਔਰਤ ਨੂੰ ਦਰਦ ਹੋਣ ਤੇ ਹਸਪਤਾਲ ਦਾਖਲ ਕਰਵਾਇਆ ਗਿਆ ਅਲਟਰਾਸਾਉਂਡ ਵਿੱਚ 5 ਬੱਚੇ ਹੋਣ ਦੀ ਪੁਸ਼ਟੀ ਹੋਈ ਸੀ ਪਰ ਔਰਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਦੀ ਟੀਮ ਵੱਲੋਂ ਉਸਨੂੰ ਦਾ ਤੁਰੰਤ ਹੀ ਸਫਲ ਆਪਰੇਸ਼ਨ ਕਰਕੇ 7 ਬੱਚਿਆਂ ਨੂੰ ਜਨਮ ਦਿੱਤਾ ਗਿਆ ਜਿੱਥੇ ਉਹ ਸਾਰੇ ਬੱਚੇ ਪ੍ਰੈਮਚੂਅਰ ਸਨ ਉੱਤੇ ਹੀ ਉਸਦਾ ਵਜਨ 1 ਕਿਲੋਗ੍ਰam ਸੀ ਇਹ ਬੱਚੇ ਸਮੇਂ ਤੋਂ ਪਹਿਲਾਂ ਪੈਦਾ ਹੋਏ ਸਨ ਜਿਸ ਕਰਕੇ ਉਨ੍ਹਾਂ ਨੂੰ ਕਈ ਸਮੱਸਿਆਵਾਂ ਪੇਸ਼ ਆਗੀਆਂ ਨਾ ਬੱਚਿਆਂ ਨੂੰ ਜਨਮ ਪਾਕਿਸਤਾਨ ਦੇ ਐਬਟਾਬਾਦ ਵਿੱਚ ਰਹਿਣ ਵਾਲੀ ਔਰਤ ਵੱਲੋਂ ਦਿੱਤਾ ਗਿਆ ਉੱਥੇ ਇਹਨਾਂ 7 ਬੱਚਿਆਂ ਵਿੱਚੋਂ 5 ਬੱਚਿਆਂ ਦੀ ਹਸਪਤਾਲ ਦੇ ਵਿੱਚ ਕੁਝ ਸਮੇਂ ਦੇ ਬਾਅਦ ਮੌਤ ਹੋ ਗਈ ਦੋ ਬੱਚਿਆਂ ਨੂੰ ਗੰਭੀਰ ਹਾਲਤ ਦੇ ਵਿੱਚ ਹੋਰ ਇੱਕ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਮੰਗਲਵਾਰ ਨੂੰ 6ਵੇਂ ਬੱਚੇ ਦੀ ਵੀ ਉੱਥੇ ਮੌਤ ਹੋ ਗਈ ਉੱਥੇ 7ਵਾਂ ਬੱਚਾ ਹਸਪਤਾਲ ਦੇ ਵਿੱਚ ਜੀਰੇ ਇਲਾਜਾ ਪਰ ਸਥਿਤੀ ਉਸ ਦੀ ਵੀ ਕਾਫੀ ਗੰਭੀਰ ਹੈ ਹਾਲਤ ਉਸ ਦੀ ਵੀ ਡਾਵਾ ਡੂਲ ਬਣੀ ਹੋਈ ਹੈ ਡਾਕਟਰਾਂ ਦੀ ਟੀਮ ਵੱਲੋਂ ਉਸ ਬੱਚੇ ਦਾ ਇਲਾਜ ਕੀਤਾ ਜਾ ਰਿਹਾ ਪੂਰੀਆਂ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਬੱਚਿਆਂ ਦੇ ਵਾਰਡ ਦੇ ਇੰਚਾਰਜ ਡਾਕਟਰ ਦੇ ਵੱਲੋਂ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਬੱਚਿਆਂ ਦੇ ਸਮੇਂ ਤੋਂ ਪਹਿਲਾਂ ਹੋਣ ਦੇ ਕਾਰਨ ਇਹ ਸਾਰੀ ਮੁਸ਼ਕਲ ਪੇਸ਼ ਆਈ ਹੈ ਉਸ ਕਿਉਂਕਿ ਬੱਚੇ ਸਮੇਂ ਤੋਂ ਪਹਿਲਾਂ ਜਨਮ ਲੈ ਚੁੱਕੇ ਸੀ ਜਿਸ ਕਰਕੇ ਉਹਨਾਂ ਨੂੰ ਬਚਾਉਣ ਦੇ ਵਿੱਚ ਇਹ ਮੁਸ਼ਕਲਾਂ ਪੇਸ਼ ਆ ਰਹੀਆਂ ਨੇ ਸੋ ਖਬਰ ਵੱਡੀ ਅੱਜ ਜਿੱਥੇ 7 ਬੱਚਿਆਂ ਨੇ ਜਿਉਂਦੇ ਜਨਮ ਲਿਆ ਪਰ ਉਹਨਾਂ ਦੇ ਵਿੱਚੋਂ ਪੰਜ ਦੀ ਹਸਪਤਾਲ ਚੋਂ ਮੌਤ ਹੋ ਗਈ ਛੇਵੇਂ ਦੀ ਇਲਾਜ ਦੌਰਾਨ ਤੇ ਸੱਤਵੇਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਧੰਨਵਾਦ